ਪਿਛਲੇ ਕੁਝ ਦਿਨਾਂ ਤੋਂ ਨਾ ਇੱਕ ਮੁੱਦਾ ਜਿਹਾ ਚੱਲ ਰਿਹਾ, ਇੱਕ ਲਫੇੜੇ ਵਾਲੀ ਬੀਬੀ ਦਾ, ਉਹ ਜਿਹੜੀ ਬੀਬੀ ਲਫੇੜਾ ਮਾਰਦੀ ਜਾ ਕੇ ਸਰਦਾਰ ਮੁੰਡੇ ਦੇ, ਕਹਾਣੀ ਤੁਹਾਨੂੰ ਆਲਮੋਸਟ ਸਾਰਿਆਂ ਨੂੰ ਪਤਾ ਵਾ, ਉਹ ਮਨਾ ਕਰਦੀ ਹੈ ਫੋਟੋਆਂ ਪਾਉਣ ਤੋਂ, ਤੇ ਉਹ ਮੁੰਡਾ ਫੋਟੋਆਂ ਪਾ ਦਿੰਦਾ, ਉਹ ਜਾ ਕੇ ਲਫੇੜਾ ਮਾਰ ਦਿੰਦੀ ਹੈ, ਤੇ ਉਸ ਤੋਂ ਬਾਅਦ ਇਹ ਸੁਰਖੀਆਂ 'ਚ ਆ ਜਾਂਦੀ ਹੈ ਬੀਬੀ। ਸੁਰਖੀਆਂ 'ਚ ਵੀ ਜੀ, ਕਾਹਦੀ ਸੁਰਖੀਆਂ 'ਚ ਆਉਂਦੀ ਹੈ, ਇਹਦੀਆਂ ਭੈਣ 'ਚ ਉਹਦੇ ਵੀਡੀਓ ਲੀਕ ਹੋ ਜਾਂਦੀਆਂ ਨੇ। ਸਾਰੇ ਗਰੁੱਪ ਵਾਲਿਆਂ ਦਾ ਕਹਿਣਾ ਵਾ ਕਿ ਹਾਂ ਵੀ ਉਹੀ ਆ, ਮੈਂ ਇਹ ਰੀਲ ਚਲਾ ਦਿੰਦਾ, ਤੁਸੀਂ ਇਹ ਦੇਖ ਲਿਓ ਪਹਿਲਾਂ, ਆ ਵੀਡੀਓ ਉਹਦੀ ਹੈ ਕਿ ਕਿਸੇ ਹੋਰ ਦੀ ਹੈ, ਇਹ ਤੁਸੀਂ ਸਾਬਿਤ ਕਰੋਗੇ ਅੱਜ ਹੀ, ਅੱਜ ਕਰਨ ਵਾਲੇ ਕੋਈ ਨਹੀਂ ਹੈਗੇ। ਮੈਂ ਅਸਲ ਮੁੱਦੇ ਦੀ ਗੱਲ ਕਰਨਾ ਚਾਹ ਰਿਹਾ, ਜਿਹੜਾ ਤੇ ਅੱਜ ਮੁੱਦਾ ਹੈ ਨਾ ਜਿਹੜਾ ਇਸ ਕਹਾਣੀ ਦਾ, ਇਸ ਸੁਨਿਆਰੇ ਨੂੰ ਉਲਟਾ ਸੋਚੋ ਬਿਲਕੁਲ, ਕਿ ਕੁੜੀ ਨੂੰ ਮੁੰਡਾ ਮਨਾ ਕਰ ਰਿਹਾ ਵਾ ਕਿ ਮੇਰੀਆਂ ਫੋਟੋਆਂ ਨਾ ਪਾ, ਮੇਰੀਆਂ ਫੋਟੋਆਂ ਨਾ ਪਾ, ਤਾਂ ਮੁੰਡਾ ਜਾ ਕੇ ਕੁੜੀ ਦੇ ਲਫੇੜਾ ਮਾਰ ਦੇਵੇ। ਫਿਰ ਦੇਖ ਤੇ ਫੈਮਿਨਿਜ਼ਮ ਦੀਆਂ ਚੋਦੀਆਂ ਜਿਹੜੀਆਂ ਨਾ, ਫੈਮਿਨਿਜ਼ਮ ਦੀਆਂ ਜਿਹੜੀਆਂ ਚੋਦੀਆਂ ਨੇ, ਕਿਵੇਂ ਉੱਭਰ ਕੇ ਬਾਹਰ ਆਉਂਦੀਆਂ। ਇੱਥੇ ਟਾਰਗੇਟ ਮੁੰਡਾ ਵਾ, ਮੁੰਡੇ ਦੇ ਥੱਪੜ ਵੱਜਿਆ ਵਾ, ਗਲਤੀ ਮੁੰਡੇ ਦੀ ਆ, ਠੀਕ ਆ, ਮੁੰਡੇ ਨੂੰ ਮਨਾ ਕੀਤਾ ਗਿਆ, ਮੁੰਡੇ ਨੇ ਫਿਰ ਵਾਰ ਵਾਰ ਮਨਾ ਕਰਨ ਦੇ ਬਾਵਜੂਦ ਵੀ ਉਹਨੇ ਵੀਡੀਓ ਜਾਂ ਫੋਟੋਜ਼ ਪਾਈਆਂ, ਗਲਤੀ ਹੈ ਮੁੰਡੇ ਦੀ, ਠੀਕ ਆ, ਉਹਨਾਂ ਲਫੇੜਾ ਮਾਰ ਦਿੱਤਾ। ਵੀਡੀਓ ਬਣਾ ਕੇ ਕੀ ਸਾਬਿਤ ਕਰਨਾ ਚਾਹੁੰਦੀ, ਉੱਥੇ ਲਫੇੜਾ ਮਾਰ ਕੇ ਤਾਂ ਪਿੱਛੇ ਐਂ ਹੋਈਆਂ ਕਿ ਜਿਵੇਂ ਭੈਣ ਚੋਦੋਂ ਹੁਣ ਤੇਰੇ ਗੋਲੀ ਵੱਜ ਜਾਣੀ ਹੁੰਦੀ ਹੈ। ਮੈਂ ਇਹਦੇ ਵਿੱਚ ਕੋਈ ਗਾਲਾਂ ਕੱਢਣ ਦੀ ਕੋਸ਼ਿਸ਼ ਨਹੀਂ ਕਰ ਰਿਹਾ, ਮੇਰੇ ਮੂੰਹ 'ਚੋਂ ਉੱਦਾਂ ਤੁਹਾਨੂੰ ਪਤਾ ਸੁਭਾਵਿਕ ਨਿਕਲ ਜਾਂਦੀ ਥੋੜ੍ਹੀਆਂ ਬਹੁਤੀਆਂ, ਮਗਰ ਮੈਂ ਇਸ ਫੈਮਿਨਿਜ਼ਮ ਦੀ ਚੋਦੀ ਨੂੰ ਇਹ ਕਹਿਣਾ ਚਾਹੁੰਦਾ ਕਿ ਜੇਕਰ ਆਹੀ ਲਫੇੜਾ ਉਹ ਤੇਰੇ ਮਾਰ ਦਿੰਦਾ ਤਾਂ ਸੋਚ ਤੇਰਾ ਬਣਦਾ ਕੀ, ਔਰ ਤੇਰੇ ਵਰ ਇਹੋ ਜਿਹੀਆਂ ਚੂਤੀਆਂ, ਇਹੋ ਜਿਹੀਆਂ ਫੈਮਿਲੀ ਜਿੰਦੀ ਜਿਹੜੀਆਂ ਚੋਦੀਆਂ ਨੇ, ਆਹ ਵਾਲੀਆਂ ਇਹੋ ਜਿਹੀਆਂ ਚੋਦੀਆਂ ਨੇ ਆਣ ਕੇ ਆਪਣਾ ਢੂਆ ਨੰਗਾ ਕਰਕੇ ਨਾ, ਅਤੇ ਖੜਾ ਕਰ ਦੇਣਾ ਸੀ ਢੂਆ ਨੰਗਾ ਕਰਕੇ, ਅਤੇ ਹਾਂ ਵੀ ਪਾਓ ਹੁਣ ਲੁੱਲਾ ਸਾਡੇ 'ਚ। ਪਤਾ ਨਹੀਂ ਲੋਕ ਕਿਉਂ ਯਾਰ ਕੁੜੀਆਂ ਨੂੰ ਵਿਚਾਰੀਆਂ ਜਿਹੀਆਂ ਦੱਸ ਦਿੰਦੇ ਨੇ, ਇਹ ਕਿਹੜੀਆਂ ਵਿਚਾਰੀਆਂ, ਅੱਜ ਦੇ ਜ਼ਮਾਨੇ ਵਿੱਚ ਕੁੜੀਆਂ ਉਹ ਵੀ ਵਿਚਾਰੀਆਂ, ਯਾਰ ਤੁਸੀਂ ਕਿਹੜੇ ਜ਼ਮਾਨੇ 'ਚ ਜੀ ਰਹੇ ਹੋ ਯਾਰ, ਆਹ ਫੈਮਿਨਿਜ਼ਮ ਦੀਆਂ ਚੋਦੀਆਂ ਜਿਹੜੀਆਂ ਬੈਠੀਆਂ ਨਾ, ਆਹ ਚੋਦੀਆਂ ਆਪਣਾ ਹੱਕ ਲੈਣ ਵਾਸਤੇ ਖੜੀਆਂ ਨੇ ਕਿ ਹਾਂ ਵੀ ਸਾਨੂੰ ਹੱਕ ਚਾਹੀਦਾ, ਬਰਾਬਰ ਹੱਕ ਚਾਹੀਦਾ ਮੁੰਡਿਆਂ ਦੇ, ਠੀਕ ਆ। ਤੁਸੀਂ ਇੱਥੇ ਇਹਨੂੰ ਕਹਾਣੀ ਸੋਚੋ, ਮੈਂ ਤੁਹਾਨੂੰ ਇੱਕ ਹਾਲਾਤ ਦੱਸ ਰਿਹਾ, ਆਪਣੇ ਇੰਡੀਆ ਦੇ ਹਾਲਾਤ ਦੱਸ ਰਿਹਾ ਵਾਂ, ਕਿ ਕੁੜੀ ਦਾ ਬਲਾਤਕਾਰ ਹੋ ਜਾਵੇ, ਜਿਹੜਾ ਕਿ ਬਹੁਤ ਘਿਨੌਣਾ ਕੰਮ ਹੈ, ਬਹੁਤ ਗੰਦਾ ਘਟੀਆ ਕਿਸਮ ਦਾ ਰਾਕਸ਼ ਬਿਰਤੀ ਦਾ ਕੰਮ ਹੈ, ਕਿਸੇ ਕੁੜੀ ਦਾ ਰੇਪ ਹੋ ਜਾਵੇ, ਕੇਸ ਆ ਮੁੰਡੇ ਦੇ ਉੱਤੇ, ਮੁੰਡੇ ਨੂੰ ਸਜ਼ਾ ਵਾ, ਸੇਮ ਉਹਦੇ ਓਪੋਜਿਟ ਹੋ ਜਾਵੇ, ਮੁੰਡੇ ਦਾ ਰੇਪ ਹੋ ਜਾਵੇ, ਉਲਟਾ ਉਹਦਾ ਮਜ਼ਾਕ ਬਣਦਾ, ਉਲਟਾ ਉਹਨੂੰ ਕਹਿੰਦੇ ਆ ਕਿ ਹਾਂ ਵੀ ਤੂੰ ਤੇਰੇ ਨਾਲ ਕੀ ਹੋਇਆ, ਤੇਰੇ ਤੈਨੂੰ ਤਾਂ ਨਜ਼ਾਰੇ ਮਿਲੇ ਨੇ, ਮਜ਼ੇ ਲਏ ਨਾ, ਚੁੱਪ ਕਰਕੇ ਬਹਿ ਜਾ ਕਰੇ, ਕੋਈ ਕੇਸ ਨਹੀਂ ਹੋਇਆ ਸੀਗਾ। ਜਲੰਧਰ 4 ਕੁੜੀਆਂ ਨੇ ਇੱਕ ਬੰਦੇ ਦਾ ਬਲਾਤਕਾਰ ਕੀਤਾ ਸੀ, ਫੋਰਸ ਰੇਪ ਕਿਹਨੂੰ ਕਹਿੰਦੇ ਆ, ਫੋਰਸਫੁਲੀ ਸੈਕਸ ਕਰਨਾ, ਚਾਹੇ ਕੁੜੀ ਵੱਲੋਂ ਹੋਵੇ ਚਾਹੇ ਮੁੰਡੇ ਵੱਲੋਂ ਹੋਵੇ, ਰੇਪ ਤਾਂ ਉਹ ਵੀ ਦੋਨੋਂ ਪਾਸੇ ਗਿਣਿਆ ਜਾਊਗਾ ਨਾ, ਫੋਰਸਫੁਲੀ ਸੈਕਸ ਨੂੰ ਰੇਪ ਦਾ ਨਾਮ ਦਿੱਤਾ ਗਿਆ ਵਾ, ਚਾਹੇ ਉਹ ਹਸਬੈਂਡ ਵੱਲੋਂ ਵੀ ਵਾਈਫ ਨਾਲ ਕੀਤਾ ਜਾਵੇ ਭਾਵੇਂ, ਜਿਵੇਂ ਕਿ ਆਹ ਫੈਮਿਨਿਜ਼ਮ ਦੀ ਚੋਦੀ ਬੜੀ ਭੌਂਕੇ ਕਰਦੀ ਹੈ ਕੁੱਤਿਆਂ ਵਾਂਗੂ, ਕਿ ਮੇਰੇ ਨਾਲ ਬੜਾ ਮਾੜਾ ਹੋਇਆ। ਮੈਂ ਅਸਲ ਗੱਲ ਇਹ ਕਹਿਣਾ ਚਾਹ ਰਿਹਾ ਕਿ ਯਾਰ ਜੇਕਰ ਆਹੀ ਲਫੇੜਾ ਮੁੰਡਾ ਮਾਰ ਦਿੰਦਾ ਇਸ ਕੁੱਤੀ ਦੇ, ਤੇ ਇੱਥੇ ਫੈਮਿਨਿਜ਼ਮ ਦੀਆਂ ਚੋਦੀਆਂ ਨੇ ਆਣ ਕੇ ਨਾਰੇ ਮਾਰਨੇ ਸੀ ਕਿ ਹਾਏ ਹਾਏ ਮੁੰਡਾ ਗਲਤ ਆ, ਮੁੰਡਾ ਰਾਕਸ਼ਸ ਆ, ਮੁੰਡਾ ਗੁੰਡਾ ਵਾ, ਬਦਮਾਸ਼ ਆ, ਤੁਹਾਡੇ ਵਾਰੀ ਪਤਾ ਨਹੀਂ ਲੋਕੀ ਕਿਉਂ ਸਵਾਲ ਲੈ ਰਹੇ ਨੇ ਕਿ ਹਾਂ ਵੀ ਆ ਕਿਆ ਚਪੇੜਾ ਮਾਰ, ਲੋਕੀ ਮਜ਼ਾਕ ਬਣਾ ਰਹੇ ਇਸ ਗੱਲ ਦਾ ਯਾਰ, ਮਜ਼ਾਕ ਬਣਾ ਰਹੇ ਆ। ਤੁਹਾਨੂੰ ਅਗਰ ਮੁੰਡਾ ਕੋਈ ਕੁਛ ਕਹਿ ਦੇਵੇ ਤੁਸੀਂ ਵਿਚਾਰੀਆਂ ਬਣ ਜਾਂਦੀਆਂ, ਜੇ ਤੁਹਾਨੂੰ ਕੋਈ ਗੱਲ ਕਹਿ ਦੇਵੇ ਮੁੰਡਾ ਤੁਸੀਂ ਬੜੀਆਂ ਵਿਚਾਰੀਆਂ ਬਣ ਜਾਂਦੀਆਂ, ਅਤੇ ਤੁਸੀਂ ਅਗਰ ਮੁੰਡੇ ਨਾਲ ਕੁਛ ਕਰਨਾ ਹੋਵੇ ਕੋਈ ਰੋਕ ਟੋਕ ਨਹੀਂ, ਤੁਹਾਨੂੰ ਕੋਈ ਸਜ਼ਾ ਨਹੀਂ ਹੈ, ਤੁਹਾਨੂੰ ਗਲੀ 'ਚ ਜਾਓ, ਤੁਸੀਂ ਅੱਜ ਦੇ ਜ਼ਮਾਨੇ ਦੀ ਗੱਲ ਕਰ ਰਹੇ ਹਾਂ, ਇੱਕ ਜਿਹੜੀ ਧੰਦਾ ਕਰਦੀ ਔਰਤ ਆ, ਮੈਂ ਪਾਰਟੀਕੁਲਰ ਸਾਰੀਆਂ ਨੂੰ ਨਹੀਂ ਕਹਿੰਦਾ, ਕਈਆਂ ਦੀ ਮਜ਼ਬੂਰੀਆਂ ਵੀ ਹੁੰਦੀਆਂ ਹੋਣਗੀਆਂ, ਮਗਰ ਜਿਹੜੀ ਇੱਕ ਜਿਸਮ ਵੇਚਣ ਵਾਲੀ ਔਰਤ ਆ ਉਹ ਜਾ ਰਹੀ ਹੈ ਗਲੀ ਵਿੱਚ, ਉਹਦੇ ਨਾਲ ਮੁੰਡੇ 'ਤੇ ਠੋਕਰ ਵੱਜ ਜਾਵੇ,
ਤੇ ਉਹੀ ਅਗਰ ਕਹਿ ਦੇਣਾ ਕਿ ਮੈਨੂੰ ਛੇੜ ਰਿਹਾ ਵਾ, ਲੋਕ ਮੁੰਡੇ ਦਾ ਕੁੱਟ ਕੁੱਟ ਕੇ ਭੈਣ 'ਚ ਜਲੂਸ ਕੱਢ ਦੇਣਗੇ, ਉਹਦਾ ਬਣਾ ਦੇਣਗੇ ਭੈਣ ਦਾ ਯਾਰ ਮੋਰ ਝਾੜੂ ਦੇ ਕੇ ਪਿੱਛੇ, ਜਦਕਿ ਉਹ ਭਾਂਤ ਭਾਂਤ ਦਾ ਲੈਂਦੀ ਆ, ਮਗਰ ਉਹਨੇ ਠੋਕਰ ਵੀ ਲੱਗ ਗਈ ਨਾ ਮੁੰਡੇ ਦੀ, ਤੇ ਉਹਨੇ ਕਹਿ ਤਾ ਕਿ ਹਾਂ ਵੀ ਉਹਨੇ ਮੈਨੂੰ ਛੇੜਿਆ ਵਾ, ਬਸ ਉੱਥੇ ਕਹਾਣੀ ਖਤਮ ਆ ਜੀ। ਇਹ ਤੇ ਆਪਣਾ ਸਮਾਜ, ਕੁੜੀ ਨਾਲ ਹੋ ਗਿਆ ਕੁੜੀ ਵਿਚਾਰੀ ਆ, ਮੁੰਡੇ ਨਾਲ ਹੋ ਗਿਆ ਤੂੰ ਤਾਂ ਮਜ਼ੇ ਲਏ ਆ ਨਜ਼ਾਰੇ ਲਏ ਆ, ਕੁੜੀ ਨਾਲ ਹੋ ਗਿਆ ਸਜ਼ਾ ਹੀ ਸਜ਼ਾ ਸਾਰੇ ਪਾਸੇ, ਚਾਹੇ ਲੋਕਾਂ ਵਾਲੇ ਪਾਸੋਂ ਲੈ ਲਓ ਚਾਹੇ ਭੈਣ 'ਚ ਕਾਨੂੰਨ ਵਾਲੇ ਪਾਸੋਂ ਲੈ ਲਓ, ਅਤੇ ਜੇ ਮੁੰਡੇ ਨਾਲ ਹੋ ਗਿਆ ਗਲਤ ਹੋਣਾ ਤਾਂਹੀਓ ਚਪੇੜਾਂ ਪਾਈਆਂ ਨੇ, ਗਲਤ ਹੋਣਾ ਤਾਂਹੀਓ ਪਈਆਂ ਇਹਦੇ, ਹੱਥ ਜੋੜਦਾ ਭਾਈ ਜੀ ਲੈਣ ਤੋਂ ਸਾਨੂੰ ਮੁੰਡਿਆਂ ਨੂੰ ਵੀ, ਅਸੀਂ ਕਿੱਧਰ ਜਾਈਏ ਕਿਹੜੇ ਰਾਹ ਕਿਹੜੇ ਖੂਹ 'ਚ ਡਿੱਗੀਏ ਜਾ ਕੇ, ਸਾਨੂੰ ਵੀ ਦੱਸ ਦਿਉ ਖੂਹ, ਫੈਮਿਨਿਜ਼ਮ ਦੇ ਚੋਦੀਓ ਸਾਨੂੰ ਵੀ ਖੂਹ ਦੱਸ ਦਿਉ, ਅਤੇ ਲੋਕ ਵੀ ਯਾਰ ਸਵਾਦ ਲੈ ਰਹੇ ਨੇ ਭੈਣ 'ਚੋਂ ਇਸ ਗੱਲ ਦਾ ਕਿ ਹਾਂ ਮੁੰਡੇ 'ਚ ਚਪੇੜਾਂ ਪਈਆਂ, ਅਤੇ ਉਹ ਜਿਹਾ ਸਾਲਾ ਉਹ ਢੀਠ ਭੈਣ ਦਾ ਯਾਰ, ਉਹ ਵੀ ਸਾਲਾ ਰੀਲਾ ਪਾ ਪਾ ਕੇ ਪਤਾ ਨਹੀਂ ਕੀ ਆਪਣੇ ਪੜਤੂਲ ਮਚਾਈ ਜਾਂਦਾ, ਕਸਮ ਨਾਲ ਤੂੰ ਵੀ ਘਟੀਆ ਬੰਦਾ ਵਾ, ਤੂੰ ਵੀ ਘਟੀਆ ਬੰਦਾ ਵਾ, ਇਹ ਕੁੜੀ ਉਹ ਕੁੜੀ ਉਹ ਇਕੱਲੀ ਘਟੀਆ ਨਹੀਂ ਹੈਗੀ, ਮੁੰਡਾ ਵੀ ਘਟੀਆ, ਔਰ ਕੁੜੀ ਦੀ ਤਾਂ ਵੀਡੀਓ ਵੀ ਆ ਗਈਆਂ ਉਹ ਮੈਂ ਸਾਲਾ ਦੇਖ ਕੇ ਹੈਰਾਨ ਯਾਰ, ਦੋ ਚਾਰ ਦਿਨ ਪਹਿਲਾਂ ਤਾਂ ਦੋ ਚਾਰ ਦਿਨ ਹੋਏ ਮੈਂ ਰੌਲਾ ਪੈਂਦੇ ਨੂੰ, ਬੜਾ ਰੌਲਾ ਪੈ ਰਿਹਾ ਵਾ, ਕੱਲ੍ਹ ਪੈ ਸਾਡੇ ਹੱਥ ਵੀਡੀਓ ਆ ਜਾਂਦੀਆਂ ਨੇ ਕਿ ਹਾਂ ਵੀ ਆ ਚੱਕੋ ਵੀਡੀਓ, ਕਹਿੰਦੇ ਇਹਦੀ ਪ੍ਰੀਤ ਜੱਟੀ ਦੀਆਂ ਤਾੜੀਆਂ, ਪ੍ਰੀਤ ਤੇਰੇ ਵਾਸਤੇ ਆ, ਜਿਹੜੀ ਤੂੰ ਪ੍ਰੀਤ ਜੱਟੀ ਬਣੀ ਫਿਰਦੀ ਨਾ ਇਹ ਤੇਰੇ ਵਾਸਤੇ ਤਾੜੀਆਂ ਸੀਗੀਆਂ ਕਿ ਸ਼ਾਬਾਸ਼, ਉਦਾਂ ਭੈਣ ਤੂੰ ਛੱਤੀ ਛੱਤੀ ਲੈ ਲੈਣੇ ਨੇ, ਇਹ ਕੰਮ ਤੇਰੇ 'ਤੇ ਮਾਰੀ ਸੀਗੀ ਮੈਂ, ਕਿਸੇ ਬਗਾਨੇ 'ਤੇ ਨਹੀਂ ਸੀ ਮਾਰੀ, ਉਦਾਂ ਛੱਤੀ ਲੈ ਲੈਣੇ ਨੇ, ਅਗਰ ਕਿਸੇ ਜਾਂ ਰਾਹ ਚੱਲਦੇ ਨਾਲ ਅਗਰ ਕੁਝ ਕਾਂਡ ਹੋ ਗਿਆ ਤਾਂ ਬਸ ਲਫੇੜੇ ਨੇ ਉਹਦੇ ਮੁੰਡੇ ਦੇ, ਚੰਗਾ ਬਾਈ ਸੋਚੋ ਆਪਣੀ ਬਿਰਤੀ ਨਾਲ, ਮੇਰੇ ਪੱਲੇ ਤਾਂ ਬਸ ਹੁਣ ਹੋਰ ਕੁਛ ਨਹੀਂ ਕਹਿਣ ਨੂੰ, ਬਸ ਇਹੀ ਕਹਿਣਾ ਚਾਹੁੰਦਾ ਭਰਾਵਾ ਸਾਨੂੰ ਜੀ ਲੈਣ ਦੋ ਮੁੰਡਿਆਂ ਨੂੰ, ਜੀ ਲੈਣ ਦੋ ਭੈਣ ਚੋਦ ਕਿਹੜੇ ਖੂਹ 'ਚ ਮਰੀਏ ਜਾ ਕੇ, ਸਾਨੂੰ ਖੂਹ ਵੀ ਨਹੀਂ ਧਿਆਉਂਦਾ ਉਹ ਵਾਲਾ, ਫੈਮਿਨਿਜ਼ਮ ਦੀਆਂ ਚੋਦੀਆਂ ਆ ਜਾਂਦੀਆਂ ਨੇ ਆਪਣਾ ਹੱਕ ਮੰਗਣ, ਠੀਕ ਆ ਬਾਤ, ਠੀਕ ਆ ਭਾਈ, ਧੰਨ ਹੋ ਤੁਸੀਂ, ਧੰਨ ਹੋ, ਧੰਨ ਹੋ, ਬੜੇ ਧੰਨ ਹੋ ਤੁਸੀਂ।